ਭਾਰਤ ਸਰਕਾਰ ਨੇ ਇੱਕ ਅਹਿਮ ਫੈਸਲਾ ਅੱਜ ਲਿਆ ਜਿਸ ਦੇ ਵਿੱਚ ਵਿਦੇਸ਼ਾਂ ਵਿੱਚ ਜਿਹੜੇ ਸਫਾਰਤਖਾਨੇ ਨੇ ਉਹਨਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਲੋਕਲ ਕਾਲੀ ਸੂਚੀ ਜਿਹੜੀ ਬਣਾਈ ਗਈ ਸੀ ਉਸ ਨੂੰ ਖਤਮ ਕਰ ਦਿੱਤਾ ਜਾਵੇ। ਇਸ ਫੈਸਲੇ ਦਾ ਅਸਰ ਕੀ ਹੋਏਗਾ ਔਰ ਇਸ ਫੈਸਲੇ ਤੱਕ ਜਿਨ੍ਹਾਂ ਲੋਕਾਂ ਨੇ ਜੰਗ ਲੜੀ ਹੈ, ਇੱਕ ਬਹੁਤ ਵੱਡੀ ਲੜਾਈ ਸੀਗੀ, ਬਹੁਤ ਵੱਡਾ ਸੰਘਰਸ਼ ਸੀਗਾ, ਉਹਨਾਂ 'ਚੋਂ ਜਿਨ੍ਹਾਂ ਨੇ ਅਹਿਮ ਭੂਮਿਕਾ ਅਦਾਈ ਸਾਡੇ ਨਾਲ ਮੌਜੂਦ ਨੇ ਸੁਖੀ ਚਾਲ ਸਾਹਿਬ, ਪੰਜਾਬ ਫਾਊਂਡੇਸ਼ਨ ਦੇ CEO ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਸੁਖੀ ਚਾਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਇਹ ਸੰਘਰਸ਼ ਜਿਹੜਾ ਸੀਗਾ ਇਹ ਕਾਲੀ ਸੂਚੀ ਖਤਮ ਕਰਾਉਣ ਦਾ, ਕਿੰਨਾ ਲੰਮਾ ਸੀਗਾ ਔਰ ਅੱਜ ਜਿਹੜੀ ਜਿੱਤ ਹਾਸਿਲ ਹੋਈ ਹੈ ਇੱਕ ਤਰੀਕੇ ਨਾਲ, ਉਸ ਲਈ ਸਭ ਤੋਂ ਪਹਿਲਾਂ ਤਾਂ ਵਧਾਈ। ਥੈਂਕ ਯੂ ਜੀ। ਵਧਾਈ ਦੇ ਪਾਤਰਦਾਰ ਸਾਰੇ ਜਿੰਨੇ ਪੰਜਾਬੀ ਡੈਸ਼ਪੋਰਾ ਹੈਗਾ ਜੀ, ਉਹਦੇ ਵਿੱਚ ਜਿੰਨਾ ਵੀ ਲੋਕਾਂ ਨੇ ਆਪਣਾ ਯੋਗਦਾਨ ਪਾਇਆ ਹੈਗਾ, ਮੈਂ ਇਹ ਨਹੀਂ ਕਹਿ ਸਕਦਾ ਵੀ ਮੇਰੀ ਇਕੱਲੇ ਦੀ ਕੰਟਰੀਬਿਊਸ਼ਨ ਹੈਗੀ ਹੈ, ਬਹੁਤ ਲੋਕਾਂ ਦਾ ਅੱਛਾ ਕੰਟਰੀਬਿਊਸ਼ਨ ਹੈ, ਅਸੀਂ ਵੀ ਬਹੁਤ ਰੋਲ ਪਲੇ ਕਰਿਆ ਹੈਗਾ ਇਹਦੇ ਵਿੱਚ ਬੈਕਗਰਾਊਂਡ ਦੇ ਵਿੱਚ, ਪਰ ਐਂਡ ਆਫ ਦਾ ਡੇ ਦਿਸ ਇਜ਼ ਏ ਵੈਰੀ ਵੈਰੀ ਗੁੱਡ, ਵੈਰੀ ਪੋਜ਼ਿਟਿਵ ਡਿਸੀਜ਼ਨ ਬਾਏ ਦਾ ਗਵਰਨਮੈਂਟ ਆਫ ਇੰਡੀਆ, ਸਪੈਸ਼ਲੀ ਫੋਰ ਦਾ ਸਿੱਖ ਕਮਿਊਨਿਟੀ ਐਕਚੁਲੀ, ਕਿਉਂਕਿ ਸਿੱਖ ਕਮਿਊਨਿਟੀ ਦੇ ਵਿੱਚੋਂ ਬਹੁਤ ਜ਼ਿਆਦਾ ਲੋਕਾਂ ਨੇ ਜਿਹੜੀਆਂ ਪੋਲੀਟੀਕਲ ਅਸਾਈਲਮ ਉੱਥੇ ਲਈਆਂ ਹੋਈਆਂ ਹੈਗੇ ਨੇ, ਵੀ ਪਰਿਵਾਰਾਂ ਤੋਂ ਦੂਰ ਬੈਠੇ ਹੈਗੇ ਨੇ, ਉਹ ਆ ਕੇ ਹੁਣ ਈਜ਼ੀ ਹੋ ਜਾਏਗਾ ਉਹਨਾਂ ਨੂੰ ਹਿੰਦੁਸਤਾਨ ਦੇ ਵਿੱਚ ਆ ਕੇ ਵਿਜ਼ਿਟ ਕਰਨਾ ਹੈਗਾ, ਆਪਣੇ ਰੂਟਸ ਦੇ ਨਾਲ ਜੁੜਨਾ ਹੈਗਾ, ਅਤੇ ਇਟਸ ਵੈਰੀ ਪੋਜ਼ਿਟਿਵ ਡਿਵੈਲਪਮੈਂਟ। ਕੀ ਕੁਛ ਦਿੱਕਤਾਂ ਸੀਗੀਆਂ ਜਿਹੜੀ ਇਸ ਕਾਲੀ ਸੂਚੀ ਕਰਕੇ ਉੱਥੇ ਲੋਕਾਂ ਨੂੰ ਆ ਰਹੀ ਸੀ, ਕਿਉਂਕਿ ਤੁਸੀਂ ਆਪ US ਵਿੱਚ ਰਹਿੰਦੇ ਹੋ, ਇਹ ਵੀ ਅਸੀਂ ਜਾਣਨਾ ਚਾਹਾਂਗੇ ਤੁਸੀਂ ਕਿੱਥੇ ਰਹਿ ਰਹੇ ਹੋ US ਵਿੱਚ ਔਰ ਉੱਥੇ ਜਿਹੜੇ ਲੋਕ ਤੁਹਾਡੇ ਨਾਲ ਰਾਬਤਾ ਕਾਇਮ ਕਰ ਰਹੇ ਸੀ ਉਹਨਾਂ ਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਸੀ? ਹਾਂਜੀ, ਜਿਹੜੇ ਤੁਸੀਂ ਮੈਂ ਸੈਨ ਹੋਜ਼ੇ ਕੈਲੀਫੋਰਨੀਆ ਰਹਿੰਦਾ, ਸਿਲੀਕੋਨ ਵੈਲੀ ਦੇ ਵਿੱਚ, ਪਰ ਮੈਂ ਕਾਫੀ ਜ਼ਿਆਦਾ ਟਰੈਵਲ ਵੀ ਕਰਦਾ ਹੈਗਾ, ਨੌਰਥ ਅਮੈਰੀਕਾ ਦੇ ਵਿੱਚ ਕਾਫੀ ਟਰੈਵਲ ਕਰਦੇ ਹੈਗੇ ਹਾਂ, ਇਸ ਕਰਕੇ ਸੰਪਰਕ ਜਿਹੜਾ ਹੈਗਾ ਐਮਬੈਸੀ ਦੇ ਨਾਲ ਵੀ ਬਹੁਤ ਸੰਪਰਕ ਹੈਗਾ ਅਤੇ ਕੌਂਸਲੇਟ ਦੇ ਨਾਲ ਵੀ ਬਹੁਤ ਸੰਪਰਕ ਰਹਿੰਦਾ ਹੈਗਾ, ਔਰ ਜਦੋਂ ਵੀ ਕੋਈ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਕੋਈ ਇਸ਼ੂ ਆਉਂਦਾ ਹੈਗਾ ਸੀਗਾ, ਉਹ ਲੋਕ ਜ਼ਿਆਦਾ ਪ੍ਰੈਫਰ ਕਰਦੇ ਹੈਗੇ ਸੀ ਸਾਨੂੰ, ਮੈਨੂੰ ਪਰਸਨਲੀ ਰੀਚ ਆਊਟ ਕਰਦੇ ਹੈਗੇ ਸੀਗੇ, ਬਹੁਤ ਲੋਕਾਂ ਦੇ ਜਿਹੜੇ ਹੈਗੇ ਸਮੱਸਿਆ ਦਾ ਕੋਈ ਜ਼ਿਆਦਾ ਸੈਂਸਿਟਿਵ ਇਸ਼ੂ ਹੁੰਦੇ ਹੈਗੇ ਸੀ, ਪਰਸਨਲੀ ਜਾ ਕੇ ਅਸੀਂ ਕਰਵਾ ਦਿੰਦੇ ਹੈਗੇ ਸੀਗੇ, ਪਰ ਇੱਕ ਸਾਡੀ ਲਿਮਿਟ ਹੈਗੀ ਸੀ ਵੀ ਹਰ ਰੋਜ਼ ਤੁਸੀਂ ਕਿਸੇ ਬੰਦੇ ਨੂੰ ਸਵਾਲ ਵੀ ਨਹੀਂ ਪਾ ਸਕਦੇ ਹੈਗੇ, ਕਿਉਂ ਬਿਕਾਜ਼ ਪ੍ਰੋਟੋਕੋਲ ਫੋਲੋ ਕਰਨਾ ਪਏਗਾ ਉਹਨਾਂ ਨੂੰ ਵੀ, ਉਹ ਵੀ ਐਂਡ ਆਫ ਦਾ ਡੇ ਐਕਚੁਲੀ ਦੇ ਆਰ ਵਰਕਿੰਗ ਫੋਰ ਦਾ ਗਵਰਨਮੈਂਟ ਆਫ ਇੰਡੀਆ, ਅਤੇ ਇਸ ਕਰਕੇ ਜ਼ਿਆਦਾ ਕੰਮ ਅਸੀਂ ਕਰਿਆ ਹੈਗਾ ਸੀ ਸੈਨ ਫਰਾਂਸਿਸਕੋ ਦੇ ਵਿੱਚ, ਕਿਉਂਕਿ ਸੈਨ ਫਰਾਂਸਿਸਕੋ ਕੌਂਸਲੇਟ ਜਿਹੜਾ ਹੈਗਾ ਉਹ 14 ਸਟੇਟਾਂ ਨੂੰ ਮੈਨੇਜ ਕਰਦਾ ਹੈਗਾ, ਅਤੇ ਬਹੁਤ ਵੱਡੀ ਪਾਪੂਲੇਸ਼ਨ ਹੈਗੀ ਉੱਥੇ, ਉਹਦੇ ਕਰਕੇ ਜਿਹੜੇ ਡਿਪਟੀ ਕੌਂਸਲ ਜਨਰਲ ਹੈਗੇ ਰੋਹਿਤ ਰਾਤੇਸ਼ ਹੈਗੇ ਨੇ, ਵੈਰੀ ਗੁੱਡ ਫਰੈਂਡ ਆਫ ਮਾਈਨ, ਹੁਣ ਨਵੇਂ ਜਿਹੜੇ ਕੌਂਸਲ ਜਨਰਲ ਆਏ ਹੈਗੇ ਨੇ ਮਿਸਟਰ ਪਾਂਡਾ ਜੀ ਹੈਗੇ ਨੇ, ਉਹਨਾਂ ਦੇ ਨਾਲ ਅੱਛਾ ਰਾਬਤਾ ਹੈਗਾ, ਅਤੇ ਹੀ ਹੈਜ਼ ਪਲੇਡ ਵੈਰੀ ਇੰਪੋਰਟੈਂਟ ਰੋਲ, ਅਤੇ ਬਾਕੀ ਜਿਹੜੇ ਆਪਣੇ ਨਵੇਂ ਇਨਵੈਸਟਰ ਸਾਹਿਬ ਆਏ ਹੈਗੇ ਨੇ, ਇੰਡੀਅਨ ਅੰਬੈਸਡਰ ਟੂ US ਜਿਹੜੇ ਹੈਗੇ ਨੇ ਮਿਸਟਰ ਸ਼੍ਰਿੰਗਲਾ, ਉਹਨਾਂ ਦੇ ਨਾਲ ਮੇਰੀ ਪਰਸਨਲ ਮੀਟਿੰਗ ਹੋਈ ਹੈਗੀ ਹੈ, ਹੀ ਇਜ਼ ਵੈਰੀ 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 ਪੋਜ਼ਿਟਿਵ, ਬਹੁਤ ਅੱਛੀ ਡਿਵੈਲਪਮੈਂਟ ਹੋਈ ਹੈ ਉਹਦੇ ਨਾਲ ਹੀ। ਅਸੀਂ ਕਾਫੀ, ਮੈਂ ਜਿਹੜੀ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਹੈਗੀਆਂ ਸੀ, ਹੋਰ ਪ੍ਰੋਮੀਨੈਂਟ ਬੰਦੇ ਹੈਗੇ ਸੀਗੇ, ਇਹਨਾਂ ਨੂੰ ਵੀ ਮੈਂ ਮਿਲਾਇਆ ਹੈਗਾ, ਉਹਨਾਂ ਦੇ ਨਾਲ ਇਕੱਠੇ ਕਰਨ ਦੀ ਕੋਸ਼ਿਸ਼ ਕਰੀ ਹੈ, ਬਿਕਾਜ਼ ਐਂਡ ਆਫ ਦਾ ਡੇ ਐਟਲੀਸਟ ਵੀ ਹੈਵ ਟੂ ਸਟਾਰਟ ਦਾ ਡਾਇਲੋਗ ਫਰੋਮ ਸਮਵੇਅਰ, ਜੇ ਤੁਸੀਂ ਟੇਬਲ 'ਤੇ ਬੈਠ ਕੇ ਗੱਲ ਨਹੀਂ ਕਰ ਸਕਦੇ ਹੈਗੇ ਨਾ, ਉਹਨੀ ਦੇ 'ਤੇ ਕੋਈ ਸਮੱਸਿਆ ਦਾ ਸਲੂਸ਼ਨ ਹੀ ਨਿਕਲੇਗਾ ਹੈਗਾ। ਇਹ ਜਿਹੜਾ ਸਲੂਸ਼ਨ ਨਿਕਲਿਆ ਹੈਗਾ ਨਾ, ਇਟ ਵਾਜ਼ ਅ ਲੌਂਗ ਜਰਨੀ ਬਿਹਾਈਂਡ ਦ ਸੀਨ, ਪਰ ਉਦੋਂ ਜਦੋਂ ਅਸੀਂ ਇਹਨਾਂ ਲੋਕਾਂ ਨੂੰ ਮਿਲਦੇ ਵੀ ਹੈਗੇ ਸੀ, ਸਾਨੂੰ ਬੜੀਆਂ ਸਮੱਸਿਆ ਦਾ ਵੀ ਸਾਹਮਣਾ ਕਰਨਾ ਪਿਆ ਹੈਗਾ, ਪਰਸਨਲੀ ਮੈਨੂੰ ਬਹੁਤ ਸਾਹਮਣਾ ਕਰਨਾ ਪਿਆ ਹੈਗਾ, ਮੇਰੇ 'ਤੇ ਬੜੇ ਵੱਡੇ ਇਲਜ਼ਾਮ ਲੱਗੇ ਵੀ ਤੁਸੀਂ ਇੰਡੀਅਨ ਕੌਂਸਲੇਟ ਨੂੰ ਮਿਲਦੇ ਹੋ, ਸਰਕਾਰ ਨੂੰ ਮਿਲਦੇ ਹੈਗੇ ਹੋ, ਦਿਸ ਐਂਡ ਦੈਟ, ਬੜੇ ਵੱਡੇ ਇਲਜ਼ਾਮ ਲੱਗਦੇ ਹੈਗੇ ਸੀਗੇ, ਪਰ ਜੋ ਅੱਜ ਰਿਜ਼ਲਟ ਆਇਆ ਹੈਗਾ ਅਤੇ ਅੱਜ ਹਰ ਕੋਈ ਕਹਿ ਰਿਹਾ ਹੈਗਾ ਵੀ ਹਾਂ ਵੀ ਅੱਛਾ ਕੰਮ ਹੋ ਗਿਆ ਹੈਗਾ, ਪਰ ਇਨ ਆਰਡਰ ਟੂ ਗੈਟਸ ਟੂ ਦੈਟ ਪੁਆਇੰਟ ਐਟਲੀ, ਸੋ ਇਟ ਵਾਜ਼ ਏ ਲੌਂਗ ਸਟਰਗਲ, ਬਟ ਵੈਰੀ ਵੈਰੀ ਪੋਜ਼ਿਟਿਵ ਐਂਡ ਪ੍ਰੋਡਕਟਿਵ ਡਿਵੈਲਪਮੈਂਟ ਫੋਰ ਦਾ ਸਿੱਖ ਕਮਿਊਨਿਟੀ ਸਪੈਸ਼ਲੀ। ਹਾਂਜੀ, ਇੱਕ ਇਹ ਜਿਹੜੀ ਲੋਕਲ ਬਲੈਕਲਿਸਟ ਦਾ ਖਤਮ ਹੋਣਾ, ਇਸ ਦਾ ਸਭ ਤੋਂ ਵੱਡਾ ਬੈਨੀਫਿਸ਼ਰੀ ਕੀ ਇਕੱਲਾ ਸਿੱਖ ਭਾਈਚਾਰਾ ਹੋਏਗਾ ਜਾਂ ਬਾਕੀ ਲੋਕ ਵੀ ਨੇ, ਬਾਕੀ ਭਾਈਚਾਰੇ ਦੇ ਲੋਕ ਵੀ ਨੇ? ਨਹੀਂ, ਬਾਕੀ ਇਹ ਥਰੂ ਆਊਟ ਕੋਈ ਡਜ਼ਨਟ ਮੈਟਰ ਐਕਚੁਲੀ, ਐਨੀ ਇੰਡੀਅਨ, ਐਨੀ ਜਿਹੜੀ ਪਰਸਨ ਆਫ ਇੰਡੀਅਨ ਓਰੀਜਨ ਜਿਹੜਾ ਹੈਗਾ ਨਾ, ਉਹਨਾਂ ਨੂੰ ਬੈਨੀਫਿਟ ਹੋਏਗਾ ਹੈਗਾ, ਪਰ ਮਜੋਰਿਟੀ ਆਫ ਜਿਹੜੇ ਹੈਗੇ ਨੇ ਪੋਲੀਟੀਕਲ ਅਸਾਈਲਮ ਹੈਗੀਆਂ ਉਹ ਸਿੱਖ ਦੇ, ਸਿੱਖ ਕਮਿਊਨਿਟੀ ਵੱਲੋਂ ਹੈਗੀ ਹੈ, ਕਿਉਂਕਿ ਜਿਹੜੀ 80 ਤੋਂ ਬਾਅਦ ਜਿਹੜੀ ਇੱਥੇ ਆਪਣੀ ਜਦੋਂ ਅੱਤਵਾਦ ਦਾ ਦੌਰ ਚੱਲਿਆ ਹੈਗਾ ਸੀਗਾ, ਉਸ ਤੋਂ ਬਾਅਦ ਕਾਫੀ ਲੋਕ ਕੁਛ ਤਾਂ ਹਾਲਾਤਾਂ ਦੀ ਵਜ੍ਹਾ ਕਰਕੇ ਹੈਗੇ, ਕੁਛ ਇਕਨੋਮਿਕ ਰੀਜ਼ਨ ਕਰਕੇ, ਜ਼ਰੂਰੀ ਨਹੀਂ ਹੈਗਾ ਸੀ ਉਹਨਾਂ ਨੇ ਸੈੱਟ ਹੋਣ ਵਾਸਤੇ ਉੱਥੇ ਉਹਨਾਂ ਨੇ ਪੋਲੀਟੀਕਲ ਅਸਾਈਲਮ ਲਈ ਹੈਗੀ ਸੀਗੀ, ਕਿਉਂਕਿ ਉੱਥੇ ਜਦੋਂ ਇੱਕ ਵਾਰੀ ਅਮੈਰੀਕਾ ਜਾਂ ਕੈਨੇਡਾ ਜਾਣਾ ਹੈਗਾ ਤਾਂ ਇੱਕ ਵਾਰ ਸੌਖਾ ਤਾਂ ਹੈਗਾ, ਪਰ ਉਸ ਤੋਂ ਬਾਅਦ ਜਿਹੜਾ ਸੈਟਲ ਹੋਣਾ ਹੈਗਾ ਉੱਥੋਂ ਲੋਕਲ ਸਟੇਟਸ ਲੈਣਾ ਇੱਕ ਬਹੁਤ ਔਖਾ ਹੁੰਦਾ ਹੈਗਾ, ਬਹੁਤ ਲੰਬਾ ਪ੍ਰੋਸੈਸ ਹੈ, ਇਹਦੇ ਕਰਕੇ ਵੀ ਦਿਸ ਵਾਜ ਈਜ਼ੀ, ਕੁਛ ਲੋਕਾਂ ਲਈ ਇਹ ਸੌਖਾ ਤਰੀਕਾ ਹੈਗਾ ਸੀਗਾ, ਉਹ ਜ਼ਰੂਰੀ ਨਹੀਂ ਹੈਗਾ ਸੀ ਉਹਨਾਂ ਦਾ ਕੋਈ ਪੋਲੀਟੀਕਲ ਇਸ਼ੂ ਹੈਗਾ ਸੀਗਾ, ਉਹਨਾਂ ਨੇ ਅਪਲਾਈ ਕਰ ਦਿੱਤਾ, ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਸੀ ਵੀ ਲੌਂਗ ਟਰਮ ਦੇ ਵਿੱਚ ਕੰਸੀਕੁਐਂਸਿਸ ਕੀ ਆ ਸਕਦੇ ਹੈਗੇ ਨੇ, ਕਿ ਉਹ ਦੂਜੇ ਪਾਸੇ ਗੌਰਮੈਂਟ ਵੀ ਆਪਣੀ ਜਗ੍ਹਾ 'ਤੇ ਠੀਕ ਹੈਗੀ ਸੀ, ਕਿਉਂਕਿ ਜਦੋਂ ਤੁਸੀਂ ਜਿਸ ਕੰਟਰੀ ਤੋਂ ਤੁਸੀਂ ਪੋਲੀਟੀਕਲ ਅਸਾਈਲਮ ਲੈ ਰਹੇ ਹੋ ਉਹ ਕੰਟਰੀ ਤੁਹਾਨੂੰ ਕਦੇ ਵੀ ਰਾਈਟ ਨਹੀਂ ਦੇਊਗਾ ਹੈਗਾ, ਉਹ ਕਦੇ ਪਾਸਪੋਰਟ ਨਹੀਂ ਦੇਊਗਾ ਅਤੇ ਵੀਜ਼ਾ ਨਹੀਂ ਦੇਊਗਾ, ਉਸ ਕਰਕੇ ਇਹ ਬੜੀ ਸਮੱਸਿਆ ਆ ਰਹੀ ਹੈਗੀ ਸੀਗੀ, ਅਤੇ ਇਹਦੇ ਕਰਕੇ ਵੀ ਜਿਹੜੇ
ਹੋ ਗਏ ਉਹ ਸਫ਼ਰ ਕਰ ਰਹੇ ਹੈਗੇ ਨੇ, ਉਹਨਾਂ ਦੀ ਜ਼ਮੀਨਾਂ ਇੱਥੇ ਦੱਬੀਆਂ ਜਾ ਰਹੀਆਂ ਹੈਗੀਆਂ ਨੇ, ਉਹਨਾਂ ਦੇ ਮਕਾਨ ਦੱਬੇ ਜਾ ਰਹੇ ਨੇ, ਕਈ ਰਿਸ਼ਤੇਦਾਰੀ ਦੱਬੇ ਜਾਂਦੇ ਹੈਗੇ ਨੇ, ਉਹਨਾਂ ਦੇ ਕਈ ਪਰਿਵਾਰ ਪਿੱਛੇ ਰਹਿ ਗਏ, ਵਿਛੋੜੇ ਪੈ ਗਏ ਹੈਗੇ। ਇਟ ਵਾਜ਼ ਏ ਵੈਰੀ ਵੈਰੀ ਪੇਨਫੁੱਲ ਜਿਹੜਾ ਜਿਨ੍ਹਾਂ ਦਾ ਸਿਚੁਏਸ਼ਨ, ਜਿਨ੍ਹਾਂ ਲੋਕਾਂ ਨੂੰ ਇਸ ਸਿਚੁਏਸ਼ਨ ਬਾਰੇ ਪਤਾ ਹੈਗਾ। ਤਾਂ ਕਰਕੇ ਸਾਨੂੰ ਇਹ ਲੱਗਦਾ ਹੈਗਾ ਵੀ ਇੱਕ ਬਹੁਤ ਵੱਡਾ ਬੜਾ ਪੋਜੀਟਿਵ ਡਿਸੀਜਨ ਹੈਗਾ, ਸਪੈਸ਼ਲੀ ਔਨ ਦਾ ਕੰਪੈਸ਼ਨ ਨੈਟ ਗਰਾਊਂਡ ਦੇ ਉੱਤੇ। ਚੱਲ ਸਾਹਿਬ, ਇੱਕ ਚੀਜ਼ ਹੋਰ ਹੈ ਇਹਦੇ ਵਿੱਚ, ਇਹਨੂੰ ਇਹ ਵੀ ਕਿਹਾ ਜਾ ਰਿਹਾ ਕਿ ਕਿਉਂਕਿ ਚੋਣਾਂ ਚੱਲ ਰਹੀਆਂ ਨੇ ਇੰਡੀਆ ਦੇ ਵਿੱਚ, ਇਸ ਕਰਕੇ ਵੀ ਇਹ ਡਿਸੀਜਨ ਜਿਹੜਾ ਹੈਗਾ ਲਿਆ ਗਿਆ। ਕਹਿ ਨਹੀਂ ਸਕਦੇ ਹੈਗੇ ਜੀ, ਦੇਖੋ ਇਹ ਲੌਂਗ ਜਰਨੀ ਹੈਗੀ ਸੀ ਇਹਦੇ ਪਿੱਛੇ। ਹਾਂ, ਹੋ ਸਕਦਾ ਹੈਗਾ ਕੋਇੰਸੀਡੈਂਟ ਹੋਵੇ ਜਾਂ ਗੌਰਮੈਂਟ ਦਾ ਕੀ ਹੈਗਾ ਸੀ, ਪਰ ਐਂਡ ਆਫ ਦਾ ਡੇ ਜਿਹੜਾ ਉਹਦਾ ਰਿਜ਼ਲਟ ਵੀ ਆਇਆ ਹੈਗਾ, ਉਸ ਚੀਜ਼ ਦੀ ਵਧਾਈ ਸਰਕਾਰ ਨੂੰ ਦੇਣੀ ਪਏਗੀ ਹੈਗੀ। ਕਿਉਂਕਿ ਸਰਕਾਰ ਜੇ ਨਾ ਵੀ ਕਰਦੀ ਹੈਗੀ NRI ਦੀ, ਪਹਿਲਾਂ ਵੀ ਆਪਾਂ ਦੇਖਿਆ ਵੀ ਕਿੰਨਾ ਕੁ ਆਪਾਂ ਇਲੈਕਸ਼ਨ 'ਚ ਪਾਰਟੀਸਪੇਟ ਕਰਕੇ NRI ਨੇ ਕਰ ਲਿਆ ਹੈਗਾ, ਉਹਦਾ ਕੋਈ ਜਿੰਨਾ ਕੁ ਫਾਇਦਾ ਹੋਵੇ ਜਾਂ ਨਾ ਫਾਇਦਾ ਹੈਗਾ ਉਹ ਤਾਂ ਅਲੱਗ ਦੀ ਗੱਲ ਹੈਗੀ ਆ, ਪਰ ਜਿਹੜਾ ਬੰਦਾ ਸਫ਼ਰ ਕਰ ਰਿਹਾ ਹੈਗਾ ਨਾ, ਉਹਨੂੰ ਇੱਕ ਬਹੁਤ ਵੱਡੀ ਰਿਲੀਫ ਮਿਲੇਗੀ ਹੈਗੀ। ਪਰ ਇਹਦੇ ਵਿੱਚ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੈਗੀ ਹੈ, ਸੁਸ਼ਮਾ ਸਵਰਾਜ ਜੀ ਹੈਗੇ ਨੇ ਜਾਂ ਰਾਜਨਾਥ ਜੀ ਹੈਗੇ ਨੇ, ਜਿਹੜੇ ਹੋਮ ਮਿਨਿਸਟਰ ਹੈਗੇ ਨੇ, ਉਹਨਾਂ ਦੇ ਵੱਲੋਂ ਜਿਹੜਾ ਇਹ ਰੋਲ ਪਲੇ ਕਰਿਆ ਗਿਆ ਹੈਗਾ, ਇਸ ਕਮੈਂਡੇਬਲ। ਹਾਂਜੀ, ਰੀਜਨਲ ਲੈਵਲ ਦੀ ਜਿਹੜੀ ਪੋਲਿਟਿਕਸ ਆ, ਉਸਨੂੰ ਵੀ ਕੋਈ ਕ੍ਰੈਡਿਟ ਮਿਲੇਗਾ ਇਸ ਚੀਜ਼ ਦਾ? ਇਹ ਕਹਿ ਨਹੀਂ ਸਕਦੇ ਜੀ, ਕਿਉਂਕਿ ਇਹ ਜਿਹੜਾ ਡਿਸੀਜਨ ਹੁੰਦਾ ਹੈਗਾ ਇਟਸ ਨੋਟ ਸਟੇਟ ਲੈਵਲ ਦਾ ਨਹੀਂ ਹੁੰਦਾ ਹੈਗਾ, ਇਹ ਜ਼ਿਆਦਾ ਸੈਂਟਰ ਲੈਵਲ ਦਾ ਹੁੰਦਾ ਹੈਗਾ, ਅਤੇ ਉਹਨਾਂ ਨੇ ਡਿਸਾਈਡ ਕਰਨਾ ਹੁੰਦਾ ਹੈਗਾ। ਸੋ ਆਈ ਥਿੰਕ ਜਿਹੜਾ ਕ੍ਰੈਡਿਟ ਹੈਗਾ, ਓਬਵੀਅਸਲੀ ਇਟ ਹੈਜ਼ ਟੂ ਗੋ ਟੂ ਦਾ ਪੀਪਲ, ਦੋਜ਼ ਹੂ ਆਰ ਡਿਸੀਜਨ ਮੇਕਰ ਇਸ ਪ੍ਰੋਸੈਸ ਦੇ ਵਿੱਚ ਹੈਗੇ ਨੇ। ਚਲੋ, ਬਹੁਤ ਬਹੁਤ ਮੁਬਾਰਕਾਂ ਇੱਕ ਵਾਰ ਫਿਰ ਤੁਹਾਨੂੰ ਇਸ ਪੂਰੇ ਫੈਸਲੇ ਦੇ ਲਈ, ਇਸ ਪੂਰੀ ਜਿੱਤ ਦੇ ਲਈ, ਇਸ ਪੂਰੇ ਸੰਘਰਸ਼ ਦੇ ਲਈ। ਥੈਂਕ ਯੂ ਵੈਰੀ ਮੱਚ। ਮੈਂ ਤਾਂ ਐਕਚੁਲੀ ਮੁਬਾਰਕਾਂ ਉਹਨਾਂ ਲੋਕਾਂ ਨੂੰ ਦੇ ਰਿਹਾ ਹੈਗਾ ਜਿਹੜੇ ਪਰਿਵਾਰਾਂ ਦੇ ਨਾਲ ਵਿਛੜੇ ਹੋਏ ਹੈਗੇ ਸੀਗੇ। ਮੈਨੂੰ ਬਹੁਤ ਖੁਸ਼ੀ ਹੋਏਗੀ ਪਰਸਨਲੀ ਵੀ ਉਹ ਆ ਕੇ ਇੱਥੇ ਜਦੋਂ ਵੀਜ਼ੇ ਲੈ ਕੇ, ਪਾਸਪੋਰਟ ਲੈ ਕੇ ਆਪਣੇ ਪਰਿਵਾਰ ਨਾਲ ਜੁੜਨਗੇ, ਪੰਜਾਬ ਦੇ ਵਿੱਚ ਵਾਪਸ ਆਉਣਗੇ ਹੈਗੇ, ਮਾਹੌਲ ਦੇਖਣਗੇ ਹੈਗੇ ਵੀ। ਕਈ ਵਾਰੀ ਆਪਾਂ ਨੂੰ ਜਦੋਂ ਦੂਰ ਬੈਠੇ ਬੰਦੇ ਆਪਾਂ ਸੋਚਦੇ ਹੈਗੇ ਹਾਂ, ਆਪਾਂ ਨੂੰ ਲੱਗਦਾ ਹੈਗਾ ਵੀ ਉੱਥੇ ਪਤਾ ਨਹੀਂ ਕਿੰਨਾ ਕੁ ਮਾਹੌਲ ਖਰਾਬ ਹੋਏਗਾ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਆਪਾਂ ਹੁਣ ਤੁਹਾਡੇ ਇੱਥੇ ਪੰਜਾਬ ਦੇ ਵਿੱਚ ਹੀ ਖੜ੍ਹੇ ਹੈਗੇ ਹਾਂ, ਇੱਦਾਂ ਦੇ ਕੋਈ ਨਹੀਂ ਹੈਗਾ। ਜਦੋਂ ਬੰਦਾ ਉੱਥੋਂ ਇੰਨੀ ਜ਼ਿਆਦਾ ਪਾਪੂਲੇਸ਼ਨ ਹੈਗੀ ਹੈ, ਵਾਪਸ ਆਏਗੀ ਹੈਗੀ, ਕੋਈ ਪੰਜਾਬ ਦੇ ਵਿੱਚ, ਕੋਈ ਆਪਣੇ ਪਿੰਡਾਂ 'ਚ ਕੋਈ ਚੰਗਾ ਕੰਮ ਕਰੇਗਾ, ਕਿਸੇ ਗਰੀਬ ਦਾ ਭਲਾ ਕਰੇਗਾ ਹੈਗਾ, ਇਸ ਆਈ ਮੀਨ ਇਸ ਐਂਡ ਆਫ ਦਾ ਡੇ ਇਸ ਇਸ ਵੈਰੀ ਗੁੱਡ ਡਿਸੀਜਨ। ਐਕਚੁਲੀ ਆਮ ਪਰਸਨਲੀ ਵੈਰੀ ਹੈਪੀ, ਆਈ ਐਮ ਗ੍ਰੇਟਫੁਲ ਟੂ ਦ ਗਵਰਨਮੈਂਟ, ਗ੍ਰੇਟਫੁਲ ਟੂ ਦ ਕੌਂਸਲ ਜਨਰਲ ਆਫ ਇੰਡੀਆ, ਆਲ ਦਾ ਕੌਂਸਲ ਜਨਰਲ, ਐਂਡ ਪਲੱਸ ਜਿਹੜੀ ਐਮਬੈਸੀ ਹੈਗੀ ਆ ਉਹਨਾਂ ਦੇ ਜਿਹੜੀ ਜੋ ਇਸ ਚੀਜ਼ ਦੇ ਵਿੱਚ ਹੈਲਪ ਕਰੀ ਹੈਗੀ ਆ। ਬਾਕੀ ਜਿਹੜੀਆਂ ਆਪਣੀ ਕਮਿਊਨਿਟੀ ਦੇ ਹੋਰ ਵੀ ਲੀਡਰਸ਼ਿਪ ਹੈਗੀ ਆ, ਸਾਰਿਆਂ ਨੂੰ ਇਹਦਾ ਕ੍ਰੈਡਿਟ ਜਾਂਦਾ ਹੈਗਾ, ਭਾਈਚਾਰੇ ਨੂੰ ਕ੍ਰੈਡਿਟ ਜਾਂਦਾ ਹੈਗਾ, ਅਤੇ ਇਸ ਚੀਜ਼ ਦਾ ਆਪਾਂ ਨੂੰ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈਗਾ। ਐਂਡ ਜਸਟ ਪੰਜਾਬੀ ਦਾ ਵੀ ਮੈਂ ਬਹੁਤ ਬਹੁਤ ਸ਼ੁਕਰੀਆ ਅਦਾ ਕਰਦਾ ਹੈਗਾ, ਤੁਹਾਡਾ ਸਾਰਿਆਂ ਦਾ ਸ਼ੁਕਰ ਅਦਾ ਕਰਦਾ ਹੈਗਾ। ਤੁਸੀਂ ਜਿਹੜੇ ਵੀ ਸਾਡੇ ਇਸ਼ੂ ਹੁੰਦੇ ਹੈਗੇ ਨੇ, ਲੋਕਲ ਇਸ਼ੂ ਹੁੰਦੇ ਹੈਗੇ ਨੇ, ਤੁਸੀਂ ਬੜੇ ਤਰੀਕੇ ਨਾਲ ਸੈਂਸਿਟਿਵ ਇਸ਼ੂ ਹੁੰਦੇ ਹੈਗੇ ਨੇ, ਕਮਿਊਨਿਟੀ ਦੇ ਵਿੱਚ ਉਠਾਉਂਦੇ ਹੈਗੇ ਹੋ, ਇਹਨਾਂ ਦਾ ਵੀ ਬਹੁਤ ਫਰਕ ਪੈਂਦਾ ਹੈਗਾ ਜੀ। ਥੈਂਕ ਯੂ, ਥੈਂਕ ਯੂ ਸੋ ਮੱਚ। ਸੋ ਇਸ ਸੁਖੀ ਚਾਲ, ਸਰਕਾਰ ਦਾ ਇਹ ਫੈਸਲਾ, ਇਸ ਦਾ ਇੰਪੈਕਟ ਜਿਹੜਾ ਹੈਗਾ ਲੌਂਗ ਰਨ ਦੇ ਵਿੱਚ ਜਿਹੜਾ ਹੈਗਾ ਉਹ ਕਾਫੀ ਵੱਡੇ ਪੱਧਰ 'ਤੇ ਨਜ਼ਰ ਆਏਗਾ, ਔਰ ਇਮੇਜ ਬਿਲਡਿੰਗ ਐਕਸਰਸਾਈਜ਼ ਇੱਕ ਭਾਰਤ ਦੇ ਲਈ ਜਿਹੜੀ ਹੈਗੀ ਆ ਉਹ ਹੁੰਦੀ ਹੋਈ ਨਜ਼ਰ ਆਏਗੀ, ਇਹ ਉਮੀਦ ਜਿਹੜੀ ਹੈਗੀ ਕੀਤੀ ਜਾ ਰਹੀ ਹੈ। ਕੈਮਰਾ ਪਰਸਨ ਬਲਜੀਤ ਦੇ ਨਾਲ ਗਗਨਦੀਪ ਚੌਹਾਨ, ਜਸ ਪੰਜਾਬੀ, ਚੰਡੀਗੜ੍ਹ।